ਲੁਧਿਆਣਾ ਦੀ ਡੀਐਮਸੀ ਵਿੱਚ ਇਲਾਜ ਅਧੀਨ ਬਾਪੂ ਸੂਰਤ ਸਿੰਘ ਖਾਲਸਾ ਨੂੰ ਕਰੀਬ 8 ਸਾਲ ਬਾਅਦ ਜਗਰਾਉਂ ਦੇ ਉਹਨਾਂ ਦੇ ਪਿੰਡ ਹਸਨਪੁਰ ਭੇਜ ਦਿੱਤਾ ਗਿਆ। ਵੱਡੀ ਗਿਣਤੀ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਵੱਲੋਂ ਉਹਨਾਂ ਨੂੰ ਲੈਣ ਗਏ ਅਤੇ ਉਹਨਾਂ ਦੇ ਸਮਰਥਕਾਂ ਨੇ ਬਾਪੂ ਸੂਰਤ ਸਿੰਘ ਖਾਲਸਾ ਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਵਾਗਤ ਵੀ ਕੀਤਾ। ਪੱਤਰਕਾਰ ਨਾਲ ਗੱਲ ਕਰਦਿਆਂ ਕੌਮੀ ਇਨਸਾਫ ਮੋਰਚਾ ਦੇ ਨੁਮਾਇੰਦਿਆਂ ਨੇ ਦੱਸਿਆ ਹੈ ਕਿ ਬਾਪੂ ਸੂਰਤ ਸਿੰਘ ਖਾਲਸਾ ਨੂੰ ਉਹਨਾਂ ਦੇ ਪਿੰਡ ਲਿਜਾਇਆ ਜਾ ਰਿਹਾ ਹੈ। ਠੀਕ ਹੋਣ ਤੋਂ ਬਾਅਦ ਉਹਨਾਂ ਨੂੰ ਮੁਹਾਲੀ ਸਥਿਤ ਮੋਰਚੇ ਤੇ ਵੀ ਲਿਜਾਇਆ ਜਾਵੇਗਾ। ਅੱਜ ਬਾਪੂ ਸੂਰਤ ਸਿੰਘ ਖਾਲਸਾ ਰਿਹਾ ਹੋ ਗਿਆ, ਕੱਲ ਬੰਦੀ ਸਿੰਘ ਵੀ ਰਿਹਾ ਹੋਣਗੇ। ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਵੀ ਦੱਸਿਆ ਹੈ ਕਿ ਡਾਕਟਰਾਂ ਨੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਆਰਾਮ ਕਰਨ ਅਤੇ ਨਾਲ ਹੀ ਭੀੜ ਵਾਲੀਆਂ ਥਾਵਾਂ ਤੇ ਨਾ ਜਾਣ ਦੀ ਵੀ ਸਲਾਹ ਦਿੱਤੀ ਹੈ, ਕਿਉਂਕਿ ਉਸ ਨੂੰ ਅਜੇ ਵੀ ਕੁਝ ਬਿਮਾਰੀਆਂ ਹਨ ਅਤੇ ਜੇਕਰ ਲੋੜ ਪਈ ਤਾਂ ਡਾਕਟਰ ਦੀ ਟੀਮ ਵੀ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਜਾਂਚ ਕਰੇਗੀ। ਫਿਲਹਾਲ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ, ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਪੂ ਸੂਰਤ ਸਿੰਘ ਦਾ ਕਿਸ ਤਰੀਕੇ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਫੁੱਲਾਂ ਦੇ ਨਾਲ ਵਰਖਾ ਵੀ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੂੰ ਘਰ ਦੇ ਵਿੱਚ ਲਿਜਾਇਆ ਜਾ ਰਿਹਾ ਹੈ। ਇਹ ਇੱਥੇ ਹੋਸਪਿਟਲ ਦਾਖਲ ਸੀ ਪਿਛਲੇ ਕਰੀਬ 7-8 ਸਾਲ ਤੋਂ, ਅਤੇ ਉਹਨਾਂ ਦਾ ਮੈਡੀਕਲ ਪਿਛਲੇ ਸਨਿਚਰਵਾਰ ਨੂੰ ਮੈਡੀਕਲ ਲਈ ਇਹ ਸਾਰੇ ਇਹਨਾਂ ਨੂੰ ਲੈਣ ਲਈ ਆਏ ਸੀ। ਉਹਨਾਂ ਨੂੰ ਦੱਸਿਆ ਸੀ ਕਿਉਂਕਿ 7 ਸਾਲ ਤੋਂ ਇੱਥੇ ਦਾਖਲ ਹੈ ਅਤੇ ਉਹਨਾਂ ਦਾ ਮੈਡੀਕਲ ਕਰਾਉਣਾ ਬੜਾ ਜ਼ਰੂਰੀ ਹੈ, ਅਤੇ ਅੱਜ ਮੈਡੀਕਲ ਦੀ ਰਿਪੋਰਟ ਆ ਗਈ ਸੀ। ਉਹਦੇ ਵਿੱਚ ਇਹਨਾਂ ਦੀਆਂ 2-3 ਡਿਜ਼ੀਜ਼ ਉਹਨਾਂ ਨੇ ਦੱਸੇ ਆ, ਜਿਹੜੇ ਉਹ ਉਹਨਾਂ ਦੀ ਪ੍ਰੋਪਰ ਕੇਅਰ ਦੀ ਗੱਲ ਦੱਸੀ ਹੈ, ਅਤੇ ਅੱਜ ਇੱਥੋਂ ਇਹਨ ਲੈ ਕੇ ਇਹਨਾਂ ਦੇ ਪਿੰਡ ਹਸਨਪੁਰ ਹੈ ਜਿਹੜਾ ਜਗਰਾਉਂ ਦੇ ਵਿੱਚ ਹੈ, ਉੱਥੇ ਉਹ ਉਹਨਾਂ ਨੂੰ ਵਾਪਸ ਲੈ ਗਏ। ਅਤੇ ਹੁਣ ਸਿਹਤ ਕਿੱਦਾਂ ਹੈ ਬਾਪੂ ਜੀ ਦੀ? ਤੁਸੀਂ ਨਹੀਂ, ਉਹਨਾਂ ਨੇ ਇਹਨਾਂ ਨੂੰ 2-3 ਬੜੀਆਂ ਸਵੀਅਰ ਜਿਹੜੀਆਂ ਡਿਜ਼ੀਜ਼ ਹੈ ਉਹਨਾਂ ਨੇ ਉਹ ਦੱਸਿਆ, ਅਤੇ ਉਹਦੇ ਵਿੱਚ 2-3 ਗੱਲਾਂ ਉਹਨਾਂ ਨੇ ਕਿਹਾ ਵੀ ਇੱਕ ਤਾਂ ਕਰਾਊਡਡ ਪਲੇਸਿਸ ਦੇ ਵਿੱਚੋਂ ਅਵੋਇਡ ਕਰਨਾ ਚਾਹੀਦਾ, ਇਨਫੈਕਸ਼ਨ ਨਾ ਉਹ ਕੈਚ ਕਰ ਜਾਣ, ਅਤੇ ਦੂਜਾ ਲੌਂਗ ਡਿਸਟੈਂਸ ਟਰੈਵਲ ਕਰਨ ਤੋਂ ਵੀ ਡਾਕਟਰਸ ਨੇ ਕਿਹਾ ਵੀ ਉਹ ਨਾ ਕਰਨ, ਕਿਉਂਕਿ ਇਹਨਾਂ ਦੀ MRIs ਅਤੇ ਹੋਰ ਬਹੁਤ ਕੁਛ ਕਈ ਜਿਹੜੇ ਟੈਸਟ ਹੋਏ ਆ, ਅਤੇ 2-3 ਇਹਨਾਂ ਨੂੰ ਸਵੀਅਰ ਡਿਜ਼ੀਜ਼ ਹੈ, ਪ੍ਰੋਸਟੇਟ ਦਾ ਵੀ ਹੈ ਅਤੇ ਸਪਾਈਨ ਦਾ ਵੀ ਹੈ ਅਤੇ ਹੋਰ ਵੀ ਹੈ। ਉਹ ਡਾਕਟਰਸ ਨੇ ਇਹ ਸੁਜੈਸਟ ਕੀਤਾ ਵੀ ਇਹਨਾਂ ਨੂੰ ਪ੍ਰੋਪਰ ਮੈਡੀਕਲ ਕੇਅਰ ਦੀ ਲੋੜ ਹੈ, ਅਤੇ ਉਹ ਜਿਹੜੇ ਉਹਦੀ ਫੈਮਿਲੀ ਨੇ ਵੀ ਤਾਂ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਇਹਨਾਂ ਨੂੰ ਪ੍ਰੋਪਰ ਕੇਅਰ 'ਚ ਰੱਖਾਂਗੇ, ਕਿਉਂਕਿ ਮਕਸਦ ਇਹ ਸੀ ਵੀ ਇੰਨੇ ਸਾਲਾਂ ਤੋਂ ਇੱਥੇ ਦਾਖਲ ਸੀ ਅਤੇ ਜੇ ਜਾਣਾ ਚਾਹੁੰਦੇ ਆ ਤਾਂ ਪ੍ਰੋਪਰ ਮੈਡੀਕਲ ਐਡਵਾਈਸ ਦੇ ਨਾਲ ਹੀ ਜਾਣ। ਮਤਲਬ ਫਿਲਹਾਲ ਉਹਨਾਂ ਨੇ ਕਿਹਾ ਸਟੇਬਲ ਹੈ ਪਰ ਸਵੀਅਰ ਡਿਜ਼ੀਜ਼ ਹੈਗੇ ਆ, ਉਹਨਾਂ ਨੂੰ ਪ੍ਰੋਪਰ ਡਾਕਟਰੀ ਦੀ ਕੇਅਰ ਦੀ ਲੋੜ। ਸਰ ਸਿਕਿਉਰਿਟੀ ਵੀ ਮੁਹੱਈਆ ਕਰਵਾਈ ਗਈ ਇੱਥੋਂ ਵੀ ਅਤੇ ਉੱਥੇ ਅੱਗੇ? ਨਹੀਂ, ਉਹ ਸਿਰਫ ਇਹ ਆ ਵੀ ਕਿਉਂਕਿ DMC ਦੀ ਐਂਬੂਲੈਂਸ ਦੇ ਵਿੱਚ ਹੀ ਇਹਨਾਂ ਨੂੰ ਛੱਡਣ ਗਏ ਆ, ਡਾਕਟਰ ਦੀ ਕੇਅਰ ਦੇ ਵਿੱਚ ਹੀ ਛੱਡਣ ਗਏ ਆ, ਅਤੇ ਇਸ ਕਰਕੇ ਉਹਨਾਂ ਨੂੰ ਉੱਥੇ ਉਹਨਾਂ ਦੇ ਘਰ ਤੱਕ ਨਾਲ ਸਾਡੇ ਅਫਸਰ ਵੀ ਨਾਲ ਗਏ ਆ, ਕਿਉਂਕਿ ਰਸਤੇ ਦੇ ਵਿੱਚ ਜਦ ਤੱਕ ਉਹ ਫੈਮਿਲੀ ਉਹਦੀ ਉੱਥੇ ਹੈ, ਇੱਕ ਇਹਨਾਂ ਨੇ ਹੈਂਡਿੰਗ ਓਵਰ ਦਾ ਸਰਟੀਫਿਕੇਟ ਹੁੰਦਾ, ਉਹ ਫੈਮਿਲੀ ਨੂੰ ਉਹ ਹੈਂਡ ਓਵਰ ਕਰਕੇ ਅਤੇ ਫਿਰ ਉਹ ਤੋਂ ਵਾਪਸ ਆਏ। ਸਰ ਕੌਮੀ ਸਾਹਿਬ ਮੋਰਚਾ ਕਹਿਣਾ ਹੈ ਕਿ ਪਹਿਲਾਂ ਠੀਕ ਹੋਣ ਤੋਂ ਬਾਅਦ ਫਿਰ ਦੁਬਾਰਾ ਮੋਰਚੇ 'ਤੇ ਜਾਵਾਂਗੇ ਮੁਹਾਲੀ ਉਹਨਾਂ ਨੂੰ? ਨਹੀਂ, ਹਜੇ ਤੱਕ ਦੇਖੋ ਉਹਨਾਂ ਨੂੰ ਸਾਰੀ ਗੱਲ ਡਾਕਟਰ ਦਾ ਅੱਜ ਸਰਟੀਫਿਕੇਟ ਐਡਵਾਈਸ ਜਿਹੜਾ ਦਿੱਤਾ, ਇੱਕ ਹਾਈ ਪਾਵਰਡ ਜਿਹੜੀ ਮੈਡੀਕਲ ਟੀਮ ਨੇ ਉਹ ਕੀਤਾ, ਉਹ ਉਹਨਾਂ ਨਾਲ ਸ਼ੇਅਰ ਕਰਤਾ, ਉਹਨਾਂ ਨੂੰ ਉਹ ਦੱਸਤਾ, ਅਤੇ ਉਹ ਮੈਨੂੰ ਲੱਗਦਾ ਵੀ ਉਹ ਸਾਰੀ ਉਹ ਬਾਪੂ ਦੀ ਸਿਹਤ ਦੀ ਜਿਹੜੀ ਅਸੀਂ ਲੰਮੀ ਉਮਰ ਦੀ ਦੁਆ ਕਰਦੇ ਹਾਂ, ਜਿਵੇਂ ਇੰਨੇ ਸਾਲਾਂ ਤੋਂ ਇੱਥੇ ਇਹ ਸੀਗਾ ਵੀ ਉਹ ਸਿਹਤ ਉਹਨਾਂ ਦੀ ਸਟੇਬਲ ਰਹੇ, ਅਤੇ ਇੱਕ ਬਾਪੂ ਹੁਣਾਂ ਨੇ ਜਿਹੜੀ ਮੇਨ ਵੱਡੀ ਗੱਲ ਆ ਉਹਨਾਂ ਨੇ ਵਾਅਦਾ ਕੀਤਾ ਵੀ ਮਰਨ ਵਰਤ ਨਹੀਂ ਮੈਂ ਰੱਖਣਾਗਾ, ਵੀ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਮੈਂ ਮਰਨ ਵਰਤ ਨਹੀਂ ਰੱਖਣਾਗਾ,
ਇਹ ਗੱਲ ਦਾ ਉਹਨਾਂ ਨੇ ਆਪਦੀ ਸਿਹਤ ਨੂੰ ਧਿਆਨ ਦੇ ਵਿੱਚ ਕਰਦਿਆਂ, ਡਾਕਟਰਸ ਨੂੰ ਪ੍ਰੋਮਿਸ ਕਰਦਿਆਂ, ਅਤੇ ਜਿਹੜਾ ਮੋਰਚੇ ਵਾਲੇ ਆਏ ਸੀ ਉਹਨਾਂ ਨੂੰ ਵੀ ਇਹ ਗੱਲ ਕਹੀ ਹੈ ਵੀ ਮੇਰੀ ਜਿਹੜੀ ਇਹ ਮੋਰਚੇ ਵੱਲੋਂ ਵੀ ਇਹ ਫੈਸਲਾ ਕੀਤਾ ਹੋਇਆ ਵੀ ਇਹਨਾਂ ਨੇ ਮਰਨ ਵਰਤ ਨਹੀਂ ਦੁਆਰਾ ਕੀਤਾ। ਮੋਰਚੇ ਦੇ ਵੀ ਚੈੱਕਅਪ ਲਈ ਜਾਣਗੇ ਡਾਕਟਰ? ਨਹੀਂ, ਇਹ ਮੋਰਚਾ ਨਹੀਂ ਹਜੇ ਤੱਕ ਕਰੇ ਗਏ ਆ ਜੀ ਹਸਨਪੁਰ, ਅਤੇ ਉੱਥੇ ਜੇ ਲੋੜ ਪਊਗੀ ਡਾਕਟਰਸ ਉਹਨਾਂ ਨੂੰ ਨਾਲ ਨਾਲ ਚੈੱਕ ਕਰਦੇ ਰਹਿਣ।